ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਡਾਕਟਰ ਹਜਿੰਦਰ ਵਾਲੀਆ ਤੇ ਮੈਂ ਤੁਹਾਡਾ ਰੋਮਨ ਬਾਜਵਾ। ਦਰਸ਼ਕੋ, ਤੁਸੀਂ ਹਰ ਰੋਜ਼ ਇਹ ਪ੍ਰੋਗਰਾਮ ਦੇਖਦੇ ਹੋ ਜਿਸ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਦੁਨੀਆ ਵਿੱਚ ਜੋ ਵਾਪਰ ਰਿਹਾ ਉਸ ਖਬਰ ਦੇ ਪਿੱਛੇ ਅਸਲਤਾ ਤੇ ਸਜਾਏ ਕਿ ਨਹੀਂ। ਤੇ ਮੇਰੇ ਨਾਲ ਮੌਜੂਦ ਨੇ ਵਾਲਿਦ ਸਾਹਿਬ ਤੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਸ ਸਰ, ਅੱਜ ਅਸੀਂ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਹਰ ਵਾਰ ਦੀ ਤਰ੍ਹਾਂ ਅਸੀਂ ਮਨਭਾਗੀ ਖਬਰ ਕਰੋਨਾ ਵਾਇਰਸ ਦੀ ਲੈਣ ਲਈ ਮਜਬੂਰ ਹੁੰਦੇ ਹਾਂ ਕਿਉਂਕਿ ਇਸਦੇ ਲਗਾਤਾਰ ਜੋ ਕਹਿਰ ਬਰਪਾ ਰਿਹਾ ਕਰੋਨਾ ਵਾਇਰਸ, ਅਤੇ ਹੁਣ ਦਿੱਲੀ ਵਿੱਚ ਹੈਲਥ ਆਰਗਨਾਈਜੇਸ਼ਨ ਨੇ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ। ਅਤੇ ਉੱਧਰ ਕੱਲ੍ਹ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਉਹਨਾਂ ਕਿਹਾ ਕਿ ਆਈਪੀਐਲ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਸਕਦਾ। ਦੇਖੋ, ਦਿੱਲੀ 'ਚ ਨਹੀਂ, ਉਹਨਾਂ ਨੇ ਜਿਹੜਾ ਹੈ ਮਹਾਂਮਾਰੀ ਵਰਲਡ ਆਰਗਨਾਈਜੇਸ਼ਨ ਨਾਲ ਦਿੱਲੀ ਦਾ ਕੋਈ ਇਕੱਲੀ ਦਾ ਲਿੰਕ ਨਹੀਂ ਹੈ ਜੀ, ਇਹ ਖਿਆਲ ਰੱਖੋ। ਦਿੱਲੀ ਸਰਕਾਰ ਨੇ, ਹਰਿਆਣਾ ਸਰਕਾਰ ਨੇ ਜੀ, ਪੰਜਾਬ 'ਚ ਸਿਰਫ ਦੋ ਹੀ, ਇੱਕ ਯੂਟੀ ਜਾਂ ਸਟੇਟ ਕਹਿ ਲਓ ਦਿੱਲੀ ਨੂੰ, ਜੇ ਫੁੱਲ ਸਟੇਟ ਮੰਨਣਾ, ਅਤੇ ਕਿਉਂਕਿ ਉਹ ਸਟੇਟ ਤਾਂ ਹੈ ਪਰ ਉਹ ਕੈਪੀਟਲ ਹੋਣ ਕਰਕੇ ਸਭ ਨੂੰ ਪਤਾ ਵੀ ਕਿਸ ਤਰ੍ਹਾਂ ਦੀ ਸਟੇਟ ਹੈ ਜੀ। ਅਤੇ ਦਿੱਲੀ ਨੂੰ ਨੰਬਰ 2 'ਤੇ ਪਹਿਲਾਂ ਹਰਿਆਣਾ ਵਾਲਿਆਂ ਨੇ ਜਿਹੜਾ ਇਸ ਨੂੰ ਮਹਾਂਮਾਰੀ ਐਲਾਨਿਆ ਸੀ ਜੀ। ਲੇਕਿਨ ਜਿਹੜੀ ਮਹਾਂਮਾਰੀ ਐਲਾਨਿਆ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਾਰੀ ਦੁਨੀਆ 'ਚ, ਸਾਰੀ ਦੁਨੀਆ ਦੇ ਵਿੱਚ ਉਦੋਂ ਇਸ ਨੂੰ ਮਹਾਂਮਾਰੀ ਦਾ ਰੂਪ ਦਿੱਤਾ ਗਿਆ ਜਦੋਂ 4,687 ਮੌਤਾਂ ਇਸ ਬਿਮਾਰੀ ਕਾਰਨ ਹੋ ਚੁੱਕੀਆਂ ਨੇ, 107 ਦੇਸ਼ਾਂ 'ਚ ਫੈਲ ਚੁੱਕਿਆ। ਤਕਰੀਬਨ 195 ਦੇਸ਼ ਨੇ ਦੁਨੀਆ ਦੇ, ਉਹਨਾਂ 'ਚੋਂ 107 ਦੇਸ਼ਾਂ ਦੇ ਵਿੱਚ ਫੈਲ ਚੁੱਕਿਆ ਹੈ। ਚੀਨ ਤੋਂ ਸ਼ੁਰੂ ਹੋਇਆ, ਇਟਲੀ ਅਤੇ ਇਰਾਨ ਦੇ ਵਿੱਚ ਵੀ ਇਸ ਨੇ ਬਹੁਤ ਵੱਡੇ ਪੱਧਰ 'ਤੇ ਤਬਾਹੀ ਮਚਾਈ, ਹੁਣ ਕਤਰ 'ਚ ਵੀ ਜਾ ਰਿਹਾ। ਲੇਕਿਨ ਉਹਨਾਂ ਦੇਸ਼ਾਂ 'ਚ ਘੱਟ ਨਜ਼ਰ ਆ ਰਹੀ ਹੈ ਇਹਦੀ ਦਹਿਸ਼ਤ, ਜਿੱਥੇ ਗਰਮੀ ਜ਼ਿਆਦਾ ਹੈ। ਅਤੇ ਗਰਮੀ ਥੋੜ੍ਹੀ ਜਿਹੀ, ਹੁਣ ਮੌਸਮ ਹਾਲੇ ਠੀਕ ਨਹੀਂ, ਆਸ ਇਹ ਕੀਤੀ ਜਾਂਦੀ ਹੈ ਕਿ ਜਦੋਂ ਗਰਮੀ ਪੈਣ ਲੱਗ ਗਈ ਹਿੰਦੁਸਤਾਨ ਦੇ ਵਿੱਚ ਇਹਦਾ ਖਤਰਾ ਬਿਲਕੁਲ ਹੋਰ ਵੀ ਘੱਟ ਜਾਏਗਾ। ਹਾਲ ਦੀ ਘੜੀ ਵੀ ਕੋਈ ਜ਼ਿਆਦਾ ਖਤਰਾ ਇਸ ਕਰਕੇ ਨਹੀਂ, ਜਿੱਥੇ ਦੁਨੀਆ ਦੇ ਵਿੱਚ ਦਿਨ ਦੇ ਵਿੱਚ 100-100 ਸੈਂਕੜੇ ਮੌਤਾਂ ਹੋ ਰਹੀਆਂ ਨੇ, ਉੱਥੇ ਹਿੰਦੁਸਤਾਨ 'ਚ ਟੋਟਲ 77 ਕੇਸ ਨੇ ਜਿਹੜੇ ਪੋਜ਼ਿਟਿਵ ਪਾਏ ਗਏ ਨੇ। ਉਹਨਾਂ 'ਚ ਮੌਤ ਸਿਰਫ ਇੱਕ ਬਜ਼ੁਰਗ ਦੀ ਹੋਈ ਹੈ, ਉਹ ਵੀ ਸੀਨੀਅਰ ਸਿਟੀਜ਼ਨ ਸੀ। ਇਹਦੇ ਇਹ ਉਹ ਬੰਦੇ ਜ਼ਿਆਦਾ ਮਰਦੇ ਨੇ ਜਿਨ੍ਹਾਂ ਦਾ ਇਮਿਊਨ ਸਿਸਟਮ, ਜਿਨ੍ਹਾਂ ਦੇ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ, ਉਹ ਦੋ ਹੀ ਹੁੰਦੇ ਨੇ, ਜਾਂ ਬੱਚੇ ਹੁੰਦੇ ਨੇ ਜਾਂ ਬਜ਼ੁਰਗ ਹੁੰਦੇ ਨੇ। ਉਹਨਾਂ 'ਚੋਂ ਇੱਕ ਡੈਥ ਹੋਈ ਹੈ, ਹਾਲੇ ਜ਼ਿਆਦਾ ਨਹੀਂ ਹੋਈ ਹੈ। ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਉਹ ਚੀਨ ਦੇ ਵਿੱਚ ਹੀ ਹੋਈਆਂ ਨੇ ਜੀ, ਨੰਬਰ 1। ਨੰਬਰ 2, ਇਹ ਜਿਹੜਾ ਕਰੋਨਾ ਵਾਇਰਸ ਹੈ, ਇਹ ਕਿਸੇ ਨੂੰ ਨਹੀਂ ਦੇਖਦਾ ਕਿ ਇਹ ਅਮੀਰ ਹੈ, ਗਰੀਬ ਹੈ, ਕੌਣ ਹੈ, ਇਹ ਕਿਤੇ ਵੀ ਅਟੈਕ ਕਰ ਸਕਦਾ ਹੈ। ਤੁਸੀਂ ਦੇਖਿਆ ਕਿ ਕੱਲ੍ਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿਹੜੀ ਪਤਨੀ ਹੈ ਸੋਫੀ, ਉਸਦੇ ਵਿੱਚ ਵੀ ਇਹ ਪੋਜ਼ਿਟਿਵ ਹੋ ਪਾਇਆ ਗਿਆ। ਹੁਣ ਉਹਨੂੰ 14 ਦਿਨ ਲਈ ਅਲੱਗ ਰੱਖਿਆ ਜਾਏਗਾ, ਜਦੋਂ ਇਲਾਜ ਹੁੰਦਾ ਫਿਰ ਆਏਗਾ। ਸੋ ਇਹ ਕਿਤੇ ਵੀ ਅਟੈਕ ਕਰ ਸਕਦਾ। ਖਾਸ ਤੌਰ 'ਤੇ ਸਿਆਸੀ ਬੰਦਿਆਂ ਨੂੰ ਜ਼ਿਆਦਾ ਡਰ ਹੈ, ਕਿਉਂਕਿ ਉਹਨਾਂ ਨੇ ਜ਼ਿਆਦਾ ਲੋਕਾਂ ਨੂੰ ਮਿਲਣਾ ਹੁੰਦਾ, ਉਹਨਾਂ ਨੇ ਜ਼ਿਆਦਾ ਲੋਕਾਂ ਨੂੰ ਹੱਥ ਮਿਲਾਉਣੇ ਹੁੰਦੇ ਨੇ, ਉਹਨੇ ਜ਼ਿਆਦਾ ਲੋਕਾਂ ਤੋਂ ਉਹਨਾਂ ਨੇ ਹਾਰ ਪਵਾਉਣੇ ਹੁੰਦੇ ਨੇ। ਅਤੇ ਜਿਹੜਾ ਬੰਦਾ ਹਾਰ ਚੱਕੀ ਖੜ੍ਹਾ, ਪਤਾ ਨਹੀਂ ਕਿੰਨੇ ਵਾਰੀ ਉਹ ਨੱਕ ਮੂੰਹ ਨੂੰ ਹੱਥ ਮਾਰਦਾ, ਕਈ ਵਾਰੀ ਤਾਂ ਹੱਥ 'ਚ ਹਾਰ ਇੰਨਾ ਭਾਰੀ ਹੁੰਦਾ ਹੈ ਕਿ ਰੁਮਾਲ ਕੱਢਣ ਦਾ ਮੌਕਾ ਨਹੀਂ ਮਿਲਦਾ। ਉਹ ਜਿਸ ਤਰੀਕੇ ਨਾਲ ਨੱਕ ਸਾਫ਼ ਕਰਦਾ ਹੱਥ ਨਾਲ, ਉਹਦੇ ਨਾਲ ਵੀ ਹਾਰ 'ਤੇ ਵੀ ਲੱਗ ਸਕਦਾ। ਅਤੇ ਉਹ ਹਾਰ ਜਿਹੜਾ ਜਦੋਂ ਪੈਂਦਾ ਸਿਆਸੀ ਲੀਡਰ ਦੇ ਗੱਲ ਦੇ ਵਿੱਚ, ਉਹ ਫਾਰ ਦੀ ਟਾਈਮਿੰਗ ਤਾਂ ਖੁਸ਼ ਹੁੰਦਾ, 2-4 ਦਿਨਾਂ ਬਾਅਦ ਪਤਾ ਲੱਗਦਾ ਵੀ ਅੰਦਰ ਜਿਹੜਾ ਹੈ ਵਾਇਰਸ ਜਾ ਚੁੱਕਿਆ। ਉਹ ਇਸ ਕਰਕੇ ਸਿਆਸੀ ਲੋਕਾਂ ਨੂੰ, ਇਕੱਠ ਵਾਲੇ ਲੋਕਾਂ ਨੂੰ, ਪਬਲਿਕ ਮੈਨ ਨੂੰ ਜ਼ਿਆਦਾ ਬਚਣ ਦੀ ਲੋੜ ਹੁੰਦੀ ਹੈ ਜੀ। ਮੋਦੀ ਸਾਹਿਬ ਨੇ ਇਸੇ ਕਰਕੇ ਕਿਹਾ ਕਿ ਤੁਸੀਂ ਬਚ ਕੇ ਰਹੋ, ਦੇਸ਼ ਚਲਾਉਣਾ। ਮੰਤਰੀਆਂ ਨੂੰ ਕਹਿਤਾ ਤੁਸੀਂ ਬਾਹਰ ਨਹੀਂ ਜਾ ਸਕਦੇ। ਔਰ ਹਿੰਦੁਸਤਾਨ ਨੇ ਤਾਂ ਇੱਕ ਇਹ ਵੀ ਕੰਮ ਕੀਤਾ ਕਿ ਟੋਟਲ ਵੀਜ਼ੇ ਰੱਦ ਕਰਤੇ, ਸਭ ਦੇ ਵੀਜ਼ੇ ਰੱਦ ਕਰਤੇ ਜੀ। ਜਿਹੜੇ ਬਾਹਰੋਂ ਆਉਣਾ ਚਾਹੁੰਦੇ ਨੇ, ਚਾਹੇ ਉਹ ਇੰਡੀਅਨ ਨੇ, ਉਹਨਾਂ ਨੂੰ ਵੀ ਹੁਣ ਮੁਸ਼ਕਲ ਆ ਗਈ ਹੈ। ਫਾਰ ਐਗਜ਼ਾਮਪਲ, ਘਰ ਦੇ ਵਿੱਚ
ਅੱਧਾ ਪੰਜਾਬ ਕੈਨੇਡਾ ਬੈਠਾ ਅਤੇ ਜੇ ਕੋਈ ਪੰਜਾਬ 'ਚ ਰੱਬ ਨਾ ਕਰੇ ਕੋਈ ਮਾੜੀ ਖਬਰ ਆ ਜਾਂਦੀ ਹੈ ਅਤੇ ਉੱਧਰੋਂ ਬੰਦੇ ਨੇ ਜੇ ਆਉਣਾ ਤਾਂ ਉਹ ਸਿੱਧਾ ਨਹੀਂ ਆ ਸਕਦਾ ਅੱਗੇ ਵਾਂਗੂ, ਉਹਨੂੰ ਸਪੈਸ਼ਲ ਅੰਬੈਸੀ ਤੋਂ ਆਗਿਆ ਲੈਣੀ ਪਊਗੀ ਅਤੇ ਬਹੁਤ ਬਾਅਦ ਚੈਕਿੰਗ ਤੋਂ ਬਾਅਦ ਉਹ ਆਊਗਾ ਅਤੇ ਜਿਹੜੀ ਆਗਿਆ ਤੋਂ ਬਾਅਦ ਚੈਕਿੰਗ ਤੋਂ ਬਾਅਦ ਵੀ ਬਹੁਤ ਵਾਰ ਉਹਨੂੰ ਪਹਿਲਾਂ ਅੰਡਰ ਆਬਜ਼ਰਵੇਸ਼ਨ ਰੱਖਿਆ ਜਾਊਗਾ ਡਾਕਟਰਾਂ ਦੇ, ਤਾਂ ਬਹੁਤ ਕੁਛ ਰੋਕਣ ਦੀ ਕੋਸ਼ਿਸ਼ ਹੈ। ਚੰਗੀ ਗੱਲ ਹੈ, ਇਹ ਹੋਣਾ ਵੀ ਚਾਹੀਦਾ। ਦਿੱਲੀ ਦੇ ਵਿੱਚ ਇਸੇ ਕੋਸ਼ਿਸ਼ ਦੇ ਵਿੱਚ ਸਕੂਲ ਵੀ ਬੰਦ ਕਰਤੇ, ਸਿਨੇਮਾ ਘਰ ਵੀ ਬੰਦ ਕਰਤੇ 31 ਮਾਰਚ ਤੱਕ, ਔਰ ਲਗਭਗ ਹਰ ਹਿੱਸੇ 'ਤੇ ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ। ਇਹ ਤਾਂ ਹੈ ਕਰੋਨਾ ਵਾਇਰਸ ਦੀ ਗੱਲ, ਲੇਕਿਨ ਕਰੋਨਾ ਵਾਇਰਸ ਨੇ ਜੋ ਕੁਛ ਦੁਨੀਆ 'ਚ ਹੁਣ ਵਾਪਰਨ ਲੱਗਿਆ ਉਹ ਕੋਈ ਚੰਗੀ ਗੱਲ ਨਹੀਂ। ਇਹ ਜਿਹੜੀ ਮੰਦੀ ਵੱਲ ਨੂੰ ਸਾਡੀ ਦੁਨੀਆ ਵੱਧ ਰਹੀ ਹੈ, ਇਹਦੇ ਵਿੱਚ ਪਤਾ ਨਹੀਂ ਕਿਸ ਪਾਸੇ ਨੂੰ ਚਲੇ ਜਾਣਾ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਲੋਕ ਡਰੇ ਹੋਏ ਨੇ ਬੈਂਕਾਂ ਦੇ ਸਿਸਟਮ ਤੋਂ। ਬੈਂਕਿੰਗ ਸਿਸਟਮ ਜੇ ਯੈਸ ਬੈਂਕ ਗਿਆ, ਜਿਹੜਾ ਸਾਡਾ ਸਭ ਤੋਂ ਵੱਡਾ ਬੈਂਕ ਹੈ ਸਟੇਟ ਬੈਂਕ ਆਫ ਇੰਡੀਆ, ਉਹਨੇ ਆਪਦੀਆਂ ਦਰਾਂ ਘਟਾਤੀਆਂ ਵਿਆਜ ਦੀਆਂ। ਜੇ ਤੁਸੀਂ ਸੇਵਿੰਗ 'ਚ ਵੀ ਪੈਸਾ ਰੱਖਦੇ ਹੋ ਉਹ 'ਚ ਵੀ ਘੱਟ ਤੁਹਾਨੂੰ ਪੈਸੇ ਮਿਲਣੇ ਨੇ। FD 'ਤੇ ਵੀ ਵਿਆਜ ਘਟਾਤਾ। ਲੋਕ ਡਰੇ ਹੋਏ ਨੇ ਕਿਤੇ ਇਹ ਨਾ ਹੋਵੇ ਜਿਵੇਂ ਮਹਾਰਾਸ਼ਟਰਾ ਬੈਂਕ ਨਾਲ, ਉਹਦਾ ਬੈਂਕ ਨਾਲ ਬਹੁਤ ਨੁਕਸਾਨ ਹੋਇਆ। ਉਸ ਬੈਂਕ ਦੇ ਵਿੱਚ ਸਿੱਖਾਂ ਦਾ ਜਿਹੜਾ ਗੁਰਦੁਆਰਿਆਂ ਦੀ ਜਿਹੜੀ ਹੈ ਉੱਥੇ ਪੈਸਾ ਸੀ, ਜ਼ਿਆਦਾ ਸਿੱਖਾਂ ਦਾ ਪੈਸਾ ਸੀ, ਜਿਸ ਤਰੀਕੇ ਨਾਲ ਉਹ ਲੋਕਾਂ ਨੂੰ ਸੁਸਾਈਡ ਕਰਨੇ ਪਏ, ਐਂ ਜਿਸ ਬੈਂਕ ਦੇ ਵਿੱਚ ਹੋ ਰਿਹਾ। ਅਤੇ ਇਹ ਲੋਕ ਡਰੇ ਹੋਏ ਨੇ ਕਿ ਜੇ ਇਹ ਮੰਦੀ ਆ ਗਈ, ਜਿਸ ਤਰੀਕੇ ਨਾਲ ਸਾਰਾ ਕੁਛ ਚੱਲ ਰਿਹਾ, ਅਸੀਂ ਜਾਵਾਂਗੇ ਕਿੱਥੇ, ਪੈਸਾ ਕਿੱਥੇ ਜਾਊਗਾ। ਨੋਟਬੰਦੀ ਤੋਂ ਬਾਅਦ ਪਹਿਲਾਂ ਡਰੇ ਸੀ, ਹੁਣ ਫਿਰ ਡਰੇ ਹੋਏ ਨੇ। ਉਹਦਾ ਡਰ ਦਾ ਇੱਕ ਵੱਡਾ ਕਾਰਨ ਕੱਲ੍ਹ ਦੀ ਜਿਹੜਾ ਹੈ ਸ਼ੇਅਰ ਮਾਰਕੀਟ ਹੈ। 12 ਸਾਲ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਸ਼ੇਅਰ ਮਾਰਕੀਟ ਦੇ ਵਿੱਚ, ਤੇਲਾਂ ਦੇ ਵਿੱਚ ਆਪਾਂ ਨੂੰ ਦੇਖਣ 'ਤੇ ਮਿਲੀ ਹੈ। ਤਕਰੀਬਨ ਕੱਲ੍ਹ 2909 ਅੰਕ ਮੁੰਬਈ ਦਾ ਸ਼ੇਅਰ ਮਾਰਕੀਟ ਡਿੱਗੀ ਹੈ, ਅਤੇ ਨਿਫਟੀ 'ਚ ਵੀ 808 ਜਿਹੜਾ ਘਾਟਾ ਪਿਆ ਅੰਕਾਂ ਦਾ, 8.5% 8.3% 'ਤੇ ਬੰਦ ਹੋਇਆ ਡਾਊਨ 'ਤੇ ਮਾਰਕੀਟ। ਮਾਰਕੀਟ ਡੁੱਬਣ ਦਾ ਮਤਲਬ ਆਮ ਲੋਕ ਚਾਹੇ ਇਹਨੂੰ ਨਹੀਂ ਸਮਝਦੇ, ਪਰ ਜਿਹੜੇ ਸ਼ੇਅਰ ਮਾਰਕੀਟ ਨੂੰ ਥੋੜ੍ਹੀ ਜਿਹੀ ਦਿਲਚਸਪੀ ਰੱਖਦੇ ਨੇ, ਇਹਦੇ ਨਾਲ ਸੰਬੰਧਿਤ ਇਹ ਕਹਿ ਸਕਦੇ ਹੋ ਲੱਖਾਂ ਕਰੋੜ ਡਾਲਰ ਲੋਕਾਂ ਦੇ ਡੁੱਬ ਗਏ। ਗਰੀਬੀ ਆ ਰਹੀ ਹੈ, ਪੈਸਾ ਜਿਹੜਾ ਹੈ ਉਹ ਹੁਣ ਮੰਦੀ ਇਹ ਹੈ ਕਿ ਹਰ ਹਾਲਤ ਦੇ ਵਿੱਚ ਕਿਸੇ ਵੀ, ਤੁਸੀਂ ਦੇਖੋ ਜਦੋਂ ਜਹਾਜ਼ ਰੁਕ ਗਏ, ਜਦੋਂ ਤੁਹਾਡੇ ਵੀਜ਼ੇ ਰੱਦ ਹੋ ਗਏ, ਜਹਾਜ਼ ਰੁਕ ਗਏ, ਜਹਾਜ਼ ਦੀਆਂ ਕੰਪਨੀਆਂ ਤਨਖਾਹ ਕਿੱਥੋਂ ਦੇਣਗੀਆਂ। ਵਿਆਹਾਂ ਦੇ ਵਿੱਚ ਕੇਟਰ ਦੇ ਐਡੇ ਐਡੇ ਬੰਦੇ ਬੈਠੇ ਨੇ, ਇਕੱਠ ਨਹੀਂ ਹੋਣਾ, ਉਹ ਕਿੱਥੋਂ ਰੋਟੀ ਦੇਣਗੇ, ਉਹਨਾਂ ਕਿੰਨਾ ਕੁ ਚਿਰ ਦੇਣਗੇ। ਬਹੁਤ ਸਾਰੀਆਂ ਕੰਪਨੀਆਂ ਨੇ ਕਹਿ ਤਾ ਘਰ ਬੈਠ ਕੇ ਕੰਮ ਕਰੋ, ਅਤੇ ਘਰ ਬੈਠ ਕੇ ਕਿੰਨਾ ਕੁ ਚਿਰ ਕੰਪਿਊਟਰ 'ਤੇ ਕੰਮ ਹੋਏਗਾ। ਇਹ ਸਾਰਾ ਸਿਸਟਮ ਜਿਹੜਾ ਹੈ, ਜਿਵੇਂ ਤੁਸੀਂ ਕਿਹਾ ਇਕੱਲਾ ਇੱਥੇ ਨਹੀਂ, ਧਾਰਮਿਕ ਅਦਾਰਿਆਂ 'ਚ ਇਹਦਾ ਅਸਰ ਹੋਣਾ ਸ਼ੁਰੂ ਹੋ ਗਿਆ, ਅਤੇ ਨਾਲ ਦੇ ਨਾਲ ਹੁਣ ਗਵਾਸਕਰ ਦੀ ਗੱਲ ਕੀਤੀ ਹੈ। ਗਵਾਸਕਰ ਵੀ ਤਾਂ ਮੱਥਾ ਟੇਕਣ ਪਹੁੰਚਿਆ, ਧਰਮਸ਼ਾਲਾ ਜਾਣਾ ਸੀ, ਉੱਥੇ ਮੀਂਹ ਪੈ ਗਿਆ ਅਤੇ ਮੈਚ ਹੋਇਆ ਨਹੀਂ, ਅਤੇ ਉਹ ਮੱਥਾ ਟੇਕ ਕੇ ਗਵਾਸਕਰ ਕਿਸੇ ਵੇਲੇ ਦਾ, ਜਿਵੇਂ ਸਚਿਨ ਤੇਂਦੁਲਕਰ, ਸੁਨੀਲ ਗਵਾਸਕਰ, ਜਾਂ ਜਿਹਨੂੰ ਕਹਿ ਦਿਓ ਅੱਜ, ਉਦੋਂ ਬਾਅਦ ਧੋਨੀ, ਅਤੇ ਉਦੋਂ ਬਾਅਦ ਜਿਹੜਾ ਹੁਣ ਇੱਕ ਦੋ ਬੰਦੇ ਜਿਹੜੇ ਮੌਜੂਦਾ ਟੀਮ 'ਚ ਨੇ। ਤਾਂ ਇਹ ਉੱਡੇ ਵੱਡੇ ਨਾਂ ਵਾਲਾ ਬੰਦਾ ਸੀ ਸੁਨੀਲ ਗਵਾਸਕਰ, ਅਤੇ ਉਹਦਾ ਵੀ ਇਹ ਕਹਿਣਾ ਕਿ ਹੁਣ IPL 'ਤੇ ਵੀ ਇਹਦਾ ਅਸਰ ਨਜ਼ਰ ਆਊਗਾ। ਇੱਥੋਂ ਤੱਕ ਤਾਂ ਅਸਰ ਆ ਰਿਹਾ ਖੇਡਾਂ 'ਤੇ ਕਿ ਟੋਕੀ ਓਲੰਪਿਕ 'ਤੇ ਵੀ ਪਤਾ ਨਹੀਂ ਹੋਊਗਾ ਜਾਂ ਨਹੀਂ ਹੋਊਗਾ। ਸੋ ਇਹ ਸਾਰੇ ਕਰੋਨਾ ਵਾਇਰਸ ਨੂੰ ਅਸੀਂ ਹਰ ਰੋਜ਼ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਇਸ ਪਾਸੇ ਦੇਖਦੇ ਹਾਂ ਕਿ ਕਿੱਡਾ ਵੱਡਾ ਅਸਰ ਇਹ 'ਤੇ ਹੈ ਕਿ ਸਾਡੀ ਆਰਥਿਕਤਾ ਜਿਹੜੀ ਹੈ ਉਹਦਾ ਬਹੁਤ ਮਾੜਾ ਹਾਲ ਹੋਇਆ। ਲੋਕਾਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਟੋਇਲਟ ਪੇਪਰ ਕਾਰਨ, ਚਲੋ ਸਾਨੂੰ ਇਹਦੀ ਲੋੜ ਨਹੀਂ ਹੁੰਦੀ, ਲੇਕਿਨ ਕੈਨੇਡਾ ਅਮਰੀਕਾ 'ਚ ਉਹਦੇ ਕਰਕੇ ਜਿਹੜੇ ਲੜਾਈਆਂ ਝਗੜੇ ਹੋ ਰਹੇ ਨੇ, ਔਰ ਖਤਮ ਹੋ ਗਏ, ਮਾਸਕ ਖਤਮ ਹੋ ਗਏ, ਲੋਕਾਂ ਨੇ ਗਰੋਸਰੀ ਘਰਾਂ 'ਚ ਜਿਹੜੀ ਇਕੱਠੀ ਕਰ ਲਈ, ਖਾਣ ਪੀਣ ਦਾ ਸਮਾਨ ਖਤਮ ਹੋ ਰਿਹਾ, ਕਿਉਂਕਿ ਲੋਕਾਂ ਦੇ ਵਿੱਚ ਇਹ ਡਰ ਫੈਲ ਗਿਆ ਕਿ ਪਤਾ ਨਹੀਂ ਹੁਣ ਕੀ ਹੋਊਗਾ। ਲੋਕ ਘਰਾਂ 'ਚ, ਕਰੋੜਾਂ ਲੋਕ ਘਰਾਂ 'ਚ ਕੈਦ ਹੋ ਕੇ ਰਹਿ ਗਏ। ਸੋ ਰੱਬ ਕਰੇ ਇਹ ਜਿਹੜੀ ਮਹਾਂਮਾਰੀ ਤੋਂ ਜਿਹੜਾ ਹੈ ਬਚਿਆ ਜਾਵੇ, ਔਰ ਹਿੰਦੁਸਤਾਨ ਜਿਸ ਤਰੀਕੇ ਨਾਲ ਇਹਦਾ ਮੁਕਾਬਲਾ ਕਰ ਰਿਹਾ, ਫਿਰ ਉਹੀ 2-3 ਗੱਲਾਂ, ਵਾਰ ਵਾਰ ਹੱਥ ਧੋਵੋ,
20 ਸਕਿੰਟ ਤੱਕ ਸਾਬਣ ਲਾ ਕੇ ਹੱਥ ਧੋਵੋ ਜੀ। ਔਰ ਜਿਹੜਾ ਹੈ ਦੂਜੀ ਗੱਲ ਕਿ ਦੂਰ ਰਹੋ, ਹੱਥ ਨਾ ਮਿਲਾਓ, ਦੂਰ ਰਹੋ, ਸਤਿ ਸ਼੍ਰੀ ਅਕਾਲ ਫਤਿਹ ਬੁਲਾਓ ਅਤੇ ਭੀੜ ਭੜੱਕੇ ਤੋਂ ਬਚੋ। ਇਹ ਕੁਛ ਤਰੀਕੇ ਜਿਹੜੇ ਡਾਕਟਰ ਸਾਨੂੰ ਦੱਸ ਰਹੇ ਨੇ ਉਹਨਾਂ ਨੂੰ ਅਜਮਾਈਏ ਔਰ ਅਸੀਂ ਸਾਰੇ ਇਕੱਠੇ ਹੋ ਕੇ ਜਿਵੇਂ ਕੱਲ੍ਹ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਸਾਨੂੰ ਐਡਾ ਖਤਰਾ ਨਹੀਂ ਪੰਜਾਬ ਨੂੰ, ਪਰ ਫਿਰ ਵੀ ਸਾਨੂੰ ਸਤਰਕ ਰਹਿਣ ਦੀ ਲੋੜ ਹੈ ਔਰ ਇਹਦਾ ਜਿਹੜੀ ਉਹੀ ਫਿਰ ਅਸੀਂ ਜਿਹੜਾ ਟਾਈਮ ਟੀ ਵੀ ਵੱਲੋਂ ਹਰ ਰੋਜ਼ ਤੁਹਾਨੂੰ ਕਹਿੰਦੇ ਹਾਂ ਕਿ ਭਾਈ ਡਰਨ ਦੀ ਨਹੀਂ ਮੁਕਾਬਲੇ ਦੀ ਲੋੜ ਹੈ, ਆਪਾਂ ਰਲ ਕੇ ਮੁਕਾਬਲਾ ਕਰੀਏ। ਵਾਲ ਸਾਹਿਬ ਹੁਣ ਆਪਾਂ ਰੁਕ ਕਰੀਏ ਪੰਜਾਬ ਵੱਲ ਤਾਂ ਬੇਰੋਜ਼ਗਾਰ ਅਧਿਆਪਕ ਕਾਫੀ ਦਿਨਾਂ ਤੋਂ ਧਰਨੇ 'ਤੇ ਬੈਠੇ ਹੋਏ ਸਨ ਅਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ, ਪਰ ਮੀਟਿੰਗ ਹੀ ਹੋਈ ਹੈ, ਫੈਸਲਾ ਜੇ ਕੁਛ ਨਹੀਂ ਹੋਇਆ, 16 ਮਾਰਚ ਤੱਕ ਉਡੀਕ ਕਰਨੀ ਪਏਗੀ। ਦੇਖੋ ਜੋ ਉਹਨਾਂ ਦੇ ਪ੍ਰਧਾਨ ਨੇ ਦੱਸਿਆ ਦੀਪਕ ਕੰਬੋਜ ਨੇ ਕਿ ਸਾਡੀ ਮੀਟਿੰਗ ਹੋਈ ਹੈ ਪ੍ਰਮੁੱਖ ਸਕੱਤਰ ਨਾਲ, ਸਾਨੂੰ ਇਹ ਕਿਹਾ ਗਿਆ ਤੁਹਾਡੀਆਂ ਮੰਗਾਂ ਮੰਨਾਂਗੇ। 16 ਮਾਰਚ ਨੂੰ 3 ਸਾਲ ਹੋਣੇ ਨੇ ਪੂਰੇ ਕਾਂਗਰਸ ਸਰਕਾਰ ਦੇ, ਬਹੁਤ ਵੱਡੇ ਐਲਾਨ ਹੋਣੇ ਨੇ, ਉਹ 'ਚ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਇਹ ਹਾਲ ਦੀ ਘੜੀ ਲਾਰਾ ਲਾ ਕੇ ਉਹਨਾਂ ਨੂੰ ਟਾਲ ਦਿੱਤਾ ਗਿਆ। 16 ਮਾਰਚ ਕੋਈ ਜ਼ਿਆਦਾ ਦੂਰ ਨਹੀਂ, ਦੇਖ ਲੈਂਦੇ ਹਾਂ। ਟੀਚਰਸ ਨੂੰ ਵੀ ਪਤਾ ਹੈ ਕਿਹੜਾ ਪਹਿਲੀ ਵਾਰ ਹੋਇਆ ਕਿ ਕੀ ਕਰਦੇ ਨੇ, ਔਰ ਹੋ ਸਕਦਾ, ਮੈਂ ਇੱਕ ਵਾਰ ਕਿਹਾ ਸੀ ਕਿ ਹੋ ਸਕਦਾ ਪਿਛਲੇ 2 ਸਾਲਾਂ 'ਚ ਸਾਰੇ ਧੋਣੇ ਤੋਂ ਉਹਦੇ ਸਰਕਾਰ ਕੁਛ ਵੀ ਕਰ ਸਕਦੇ ਆ ਕਿ ਚੱਲ ਠੀਕ ਹੈ ਇਲੈਕਸ਼ਨ ਤੋਂ ਪਹਿਲਾਂ ਆਪਾਂ ਕਰਕੇ ਦਿਖਾ ਦਈਏ, ਕੁਛ ਵੀ ਹੋ ਸਕਦਾ, ਦੇਖਦੇ ਹਾਂ 16 ਮਾਰਚ ਨੂੰ ਕੀ ਕਰਦੇ ਨੇ। ਪਹਿਲੀ ਗੱਲ, ਮੋਰਚਾ ਉਹਨਾਂ ਦਾ ਉਵੇਂ ਚੱਲਦਾ ਰਹੂਗਾ, ਲੇਕਿਨ 16 ਮਾਰਚ ਦੀ ਉਹ ਕਹਿੰਦੇ ਅਸੀਂ ਉਡੀਕ ਕਰਾਂਗੇ। ਲੇਕਿਨ ਦੂਜੀ ਖਬਰ ਵੀ ਇੰਪੋਰਟੈਂਟ ਹੈ, 1011 ਟੀਚਰ ਨੇ ਕਾਲਜਾਂ 'ਚ ਪੜ੍ਹਾਉਂਦੇ ਨੇ, ਨੈੱਟ ਕਲੀਅਰ ਨੇ, ਔਰ ਉਹਨਾਂ ਦਾ ਕਈ ਤਾਂ 17 ਸਾਲ ਹੋ ਗਏ ਘੱਟ ਪੈਸੇ 'ਤੇ ਪੂਰੀ ਕੁਆਲੀਫਿਕੇਸ਼ਨ ਨਾਲ ਸਰਕਾਰੀ ਕਾਲਜਾਂ 'ਚ ਟੀਚਰ ਲੱਗੇ ਹੋਏ ਨੇ। ਇਹ ਵੱਖਰੀ ਗੱਲ ਹੈ ਕਿ ਸਾਰਿਆਂ ਨੂੰ ਪ੍ਰੋਫੈਸਰ ਕਹਿ ਦਿੰਦੇ ਹਾਂ ਅਸੀਂ, ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ, ਜਿਹੜਾ ਸਕੂਲ 'ਚ ਜਾਂਦਾ ਉਹਨੂੰ ਮਾਸਟਰ ਕਹਿ ਦਿੰਦੇ ਹਾਂ ਅਤੇ ਜਿਹੜਾ ਕਾਲਜ 'ਚ ਜਾਂਦਾ ਉਹਨੂੰ ਪ੍ਰੋਫੈਸਰ ਕਹਿ ਦਿੰਦੇ ਹਾਂ। ਪ੍ਰੋਫੈਸਰ ਸਭ ਤੋਂ ਸੀਨੀਅਰ ਪੋਸਟ ਹੁੰਦੀ ਹੈ ਅਤੇ ਉਹ ਜਿਹੜੇ ਹੈ, ਪਰ ਕਿਉਂਕਿ ਇੱਥੇ ਤਾਂ ਜਿਹੜਾ ਬੰਦਾ ਇੱਕ ਵਾਰੀ ਕੋਈ ਕਾਲਜ 'ਚ ਇੱਕ ਵਾਰੀ ਨਿਕਲ ਵੀ ਗਿਆ ਨਾ, ਇੱਕ ਲੈਕਚਰ ਵੀ ਦੇ ਆਇਆ, ਫਿਰ ਉਹ ਸਿਆਸਤ ਚਲਿਆ ਗਿਆ, ਫਿਰ ਉਹ ਆਪਣੇ ਆਪ ਨੂੰ ਪ੍ਰੋਫੈਸਰ ਲਿਖਦਾ ਅਤੇ ਪ੍ਰੋਫੈਸਰ ਲਿਖ ਕੇ ਬੜਾ ਖੁਸ਼ ਹੁੰਦਾ। ਪ੍ਰੋਫੈਸਰ ਬਣਨ ਲਈ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ, ਚਲੋ ਇਹ ਕੋਈ ਵੱਖਰਾ ਮਸਲਾ, ਲੇਕਿਨ ਉਹ ਜਿਹੜੇ ਪ੍ਰੋਫੈਸਰ ਨੇ, ਉਹ ਜਿਹੜੇ ਕਾਲਜ ਟੀਚਰ ਨੇ, 1011 ਉਹਨਾਂ ਦੀ ਗਿਣਤੀ ਹੈ, ਉਹ ਵੀ ਬੈਠੇ ਨੇ ਹੜਤਾਲ 'ਤੇ ਜੀ। ਉਹ ਕਹਿੰਦੇ ਨੇ ਸਾਨੂੰ ਪੱਕਾ ਕਰੋ, ਉਹਨਾਂ ਨੂੰ ਵੀ ਕੱਢਿਆ ਜਾ ਰਿਹਾ। ਸਰਕਾਰਾਂ ਨੂੰ ਕੋਈ ਉਹਨਾਂ ਦੀ ਕੋਈ ਪੋਲਿਸੀ ਉਸ ਤਰ੍ਹਾਂ ਦੀ ਨਹੀਂ, ਉਹਨਾਂ ਕੋਲ ਲੌਜਿਕ ਹੈ, ਉਹਨਾਂ ਕੋਲ ਤਰਕ ਹੈ ਕਿ ਇਸ ਉਮਰ 'ਚੋਂ ਕਿੱਥੇ ਜਾਣਗੇ, ਜਦੋਂ ਕਿ ਉਹ ਇੰਨੇ ਘੱਟ ਪੈਸੇ 'ਤੇ ਤੁਹਾਡੇ ਲਗਾਤਾਰ ਤੁਹਾਡੇ ਸਰਕਾਰੀ ਕਾਲਜਾਂ 'ਤੇ ਬਿਨਾਂ ਭਾਰ ਪਾਏ ਉਹ ਪੜ੍ਹਾਉਂਦੇ ਰਹੇ ਨੇ। ਉਹਨਾਂ ਦੀ ਵੀ ਸਮੱਸਿਆ, ਉਹ 48 ਦੇ 48 ਕਾਲਜ ਵਾਲੇ ਉਹ ਵੀ ਸੜਕਾਂ 'ਤੇ ਨੇ। ਸੋ ਇਹ ਜਿਹੜਾ ਹੈ, ਮਾਸਟਰ ਵੀ, ਸਕੂਲਾਂ ਵਾਲੇ ਵੀ, ਕਾਲਜਾਂ ਵਾਲੇ ਵੀ, ਯੂਨੀਵਰਸਿਟੀ ਵਾਲੇ ਵੀ, ਯੂਨੀਵਰਸਿਟੀ 'ਚ ਪਰਸੋਂ ਜਿਹੜਾ ਹੈ ਉੱਥੇ ਵੀ ਕੁਛ ਹੋਇਆ, ਨਾ ਉਹਨਾਂ ਨੂੰ ਡਿਊ ਮਿਲਦੇ ਨੇ, ਨਾ ਇੰਟਰਮ ਰਿਲੀਫ ਮਿਲਦੀ ਹੈ, ਪੈਨਸ਼ਨਰਸ ਵੀ ਲੜ ਰਹੇ ਨੇ। ਸੋ ਸਰਕਾਰ ਨੂੰ ਕਰਨ ਲਈ ਬਹੁਤ ਕੁਛ ਹੈ, ਔਰ ਮਨਪ੍ਰੀਤ ਸਿੰਘ ਬਾਦਲ ਇਹ ਕਹਿੰਦੇ ਨੇ ਖਜ਼ਾਨਾ ਸਾਡਾ ਭਰਿਆ ਹੋਇਆ ਅਤੇ ਸਾਨੂੰ ਹੁਣ ਡਰਨ ਦੀ ਲੋੜ ਨਹੀਂ, ਖਜ਼ਾਨਾ ਭਰਿਆ ਹੋਇਆ ਤਾਂ ਦਿਓ ਬਸ ਸਾਨੂੰ, ਫਿਰ ਕਿਉਂ ਕੀ ਗੱਲ ਹੈ। ਜਿਸ ਤਰ੍ਹਾਂ ਦਾ ਤੁਸੀਂ ਬਜਟ ਪੇਸ਼ ਕੀਤਾ ਬਾਦਲ ਸਾਹਿਬ, ਲੱਗਦਾ ਕਿ ਇਸ ਵਾਰ ਤੁਸੀਂ ਖੁਸ਼ ਕਰੋਗੇ ਸਾਰੀ ਜਨਤਾ ਨੂੰ ਜੀ। ਬਸ ਸਰ, ਸੁਖਦੇਵ ਸਿੰਘ ਢੀਂਡਸਾ ਦਿਨ ਬਦਿਨ ਤਗੜੇ ਹੁੰਦੇ ਜਾ ਰਹੇ ਨੇ ਅਤੇ ਹੁਣ ਉਹਨਾਂ ਦੇ ਨਾਲ ਲੁਧਿਆਣਾ ਤੋਂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਵੀ ਸ਼ਾਮਿਲ ਹੋ ਗਏ ਨੇ। ਦੋ ਭਰਾ ਨੇ, ਜਗਦੀਸ਼ ਸਿੰਘ ਗਰਚਾ ਅਤੇ ਮਾਨ ਸਿੰਘ ਗਰਚਾ ਜੀ, ਦੋਨੇ ਨੇੜਲੇ ਸਾਥੀਆਂ 'ਚੋਂ ਸੀ ਪ੍ਰਕਾਸ਼ ਸਿੰਘ ਬਾਦਲ ਦੇ, ਔਰ ਪ੍ਰਕਾਸ਼ ਸਿੰਘ ਬਾਦਲ ਦੇ ਮਾੜੇ ਵੇਲੇ ਇਹ ਉਹਦਾ ਸਾਥ ਦਿੰਦੇ ਸੀ, ਤਗੜੇ ਸੀ ਅਤੇ ਲੋੜ ਹੁੰਦੀ ਇਹੋ ਜਿਹੇ ਬੰਦਿਆਂ ਦੀ, ਅਤੇ ਇਹਨਾਂ ਨੇ ਸਾਥ ਦਿੱਤਾ ਪ੍ਰਕਾਸ਼ ਸਿੰਘ ਬਾਦਲ ਦਾ। ਅਤੇ ਬਾਦਲ ਜਦੋਂ ਪੂਰੀ ਪਾਵਰ 'ਚ ਆ ਗਿਆ, ਜਦੋਂ ਲੋੜ ਨਹੀਂ ਰਹੀ, ਅਤੇ ਫਿਰ ਇਹਦੇ 'ਚ ਮਿੰਟ ਲਾਉਂਦੇ ਨੇ ਇਹ ਸਿਆਸੀ ਬੰਦੇ ਇੱਧਰ ਉੱਧਰ ਕਰਨ ਲਈ। ਅਤੇ ਜਦੋਂ ਇਹ ਪੀ ਟੀ ਯੂ 'ਚ ਘਪਲੇ ਦੀਆਂ ਖਬਰਾਂ ਆਈਆਂ, ਕੁਛ ਚਿਰ ਜਗਦੀਸ਼ ਸਿੰਘ ਗਰਚਾ ਨੂੰ ਜੇਲ੍ਹ ਵੀ ਜਾਣਾ ਪਿਆ, ਇਹ ਉਹੀ ਗਰਚਾ, ਵਧੀਆ ਐਜੂਕੇਸ਼ਨ ਜਿਹੜਾ ਇੰਸਟੀਟਿਊਸ਼ਨ ਚਲਾਉਂਦਾ, ਮੈਂ 2-4 ਵਾਰੀ ਇੰਸਪੈਕਸ਼ਨ 'ਤੇ ਗਿਆ, 1-2 ਵਾਰੀ ਲੈਕਚਰ ਵੀ ਦੇਣ ਗਿਆ, ਕੰਮ ਉਹ ਵਧੀਆ ਲੱਗਿਆ ਹੋਇਆ ਸੀ ਜਗਦੀਸ਼ ਸਿੰਘ ਗਰਚਾ। ਲੇਕਿਨ
सुखदेव सिंह ढींडसा तो लिस्ट बना लेंदे ने दोनों प्यो पुत भी हुण किहड़े किहड़े बंदे बादलों के सताए हुए ने चलो उन्हां नाल करिए गल तो फिर ये इन्हां दी लिस्ट बना रही लुधियाने वालों की कल वो इन्हां नाल आ गए निश्चित तौर पर पिंडां च प्रभाव आ काफ़ी प्रभाव है इन्हां दा और इहदा असर होएगा और सचमुच ही जिहड़ा तुसीं ठीक कह रहे हो सुखदेव सिंह ढींडसा हौली हौली स्लो एंड स्टडी विंज की रेस वाला काम कर रहा है और डेंट पा रहा है और खास तौर पर श्रोमणी कमेटी के एंगल तो यह जिहड़ा वड्डा डेंट पऊगा पिंडां च जदों जिन्हां लोकां दे इन्हां ने मंत्री हुंदे काम कराए होणगे वो लोग घट्टो घट इन्हां दे सन्मानित होणगे वह इन्हां नाल चलणगे इहो जिहे बंदिआं नूं जगदेव सुखदेव सिंह ढींडसा फड़ रहा है। मैनूं लगता है कि यह एक होर वधिया स्ट्रैटजी नाल ढींडसा चल रहा है। बस उधर सिमरजीत सिंह बैंस लगातार सुर्खियां बटोर रहे हैं, एक पास वो बिजली के कनैक्शन जोड़ रहे हैं, दूजे पास पंचायती जमीन छुड़ाने की गल कर रहे हैं। देखो एक ये कमाल है दोनों की, पहली बार जदों सिमरजीत सिंह बैंस सुर्खियां आया से उदों से जदों उन्हें एक तहसीलदार कुटिया से बैनीपाल और ये वो बंदा है चाहे अकालिया चाहे कांग्रेस अपन दोनों भरा अपन कंस्टीट्यूएंसी से जित जाते हैं एडे हालात चाहे जो मर्जी होन तो वो उन्होंने बना ली लोक इंसाफ पार्टी और जिस तरीके पंजाब के मुद्दे उठा रहा सिमरजीत सिंह बैंस वो कमाल है। देखो पानिया का मसला कि पानिया का पैसा दो असैंबली ने पास किया होया मसला उठाया होया, दूजा मसला उठा लिया जिहदा जवाब नहीं है इन्हां कोल कांग्रेस को है कि तुसी बिजली दे मुद्दे ते अकालियां नाल मिले हुए हो, बिजली दे मुद्दे ते तुसी ना तो पावर जिहड़े एग्रीमेंट ने पावर प्रोजेक्ट एक्ट पी ए पी 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 ए उन्हां नूं तुसी रिवाइज़ नहीं किया, उन्हां नूं रद्द नहीं किया, लगातार तुसी जिहड़ी है बिजली दे दरां वधाईआं ने लोकां तो करोड़ां रुपए जिहड़ा सरकारी उन्होंने देना है लेकिन जिहड़े बंदिआं नूं तुसी बिल नहीं भर सकते किसी का 30,000 किसी का 40,000 उन्होंने कनैक्शन कटते 60,000 तो वध कनैक्शन कटे हुए ने ये गलत कटे हुए ने लोग कर लो जो कुछ कर दो वो जाके उन्होंने जिहड़ा है कनैक्शन जोड़ता दिल जलंधर दे विच ते ये भी कहा कि असीं जोड़ांगे ते क्योंकि ये बैंस का मैं देखिया डरदा डुरदा कानूनी वो तो नहीं डरदा चाहे वह कित बंब चलिया हो पटाखा फैक्ट्री की गल हो कि वेरका दे विच आके उत्थे रेड करनी हो कुछ स्ट्रैटजी का हिस्सा है। तो हुण जिहड़ा दूजा तीजा जिहने केस पड़ लिया वह भी बड़ा है वह है पिंडां दी जमीन का, तो कल खान इत्थे माछीवाड़ा नेड़े एक पिंड दे विच बोली हो रही सी पंचायती जमीन की चले गए ये डी डी पी ओ बैठा बोली करा रहे जाके पिंडां दे लोकां नूं लाके जाके कहिंदे बोली बंद करो ये नहीं असीं होण देनी। बड़ा तकरार होया डी डी ओ पी नाल तकरार होया ये सुप्रीम कोर्ट की जजमेंट दिखा रहा सी भी तुसीं दे नहीं सकते तुसीं इहदा लैंड माफिया का काम कर रहे हो, वह कहिंदा भी ये तो नज वो जिहड़ी सुप्रीम कोर्ट की जजमेंट है वह हैगी है नजायज़ जमीनां ते दोनों का तकरार तो बाद अल्टीमेटली जिहड़ी है बोली कल नहीं हुई पोस्टपोन होगी, मतलब कि इशू जिहड़ा है चाहे वह बिजली का चाहे वह जमीना का चाहे वह पानी का आम लोगों नाल जुड़िया हुआ इशू चक रहे हैं और मैं ये समझदा कि आने वाले टाइम च जे यूं बहस लग्या रहा लोगों नूं इंसाफ दवाउण दे लई लोक इंसाफ पार्टी यूं लगी रही तो यह बड़ी मार मार सकते ने लोगों के विच इन्ने दी गल बनती जा रही है। बिल्कुल जी बस अब असं अगे वधीए तो खालसा कॉलेज पटियाला वालों ग्लोबल पंजाबी कॉन्फ्रेंस करवाई गई जिस विच चढ़दी कला ग्रुप के चेयरमैन सरदार जगदीश सिंह दद्दी का विशेष सन्मान किया गया। चंगी गल है वैसे पंजाबियों की एक बहुत बड़ी होंगी है जिहड़े पासे नूं पै जाण फिर उवें पै जांदे ने कई बार एक दूजे दे नाल मुकाबलेबाजी च करदे ने ते ग्लोबल कॉन्फ्रेंसा अंतरराष्ट्रीय पंजाबी कॉन्फ्रेंसा बहुत हो रही ने कई उहदे च कराउण वाले जिन्हां ने कदे पंजाबी च अक्खर नहीं लिखिया वह भी आ जाते हैं इहो जिहा कुछ भी हुंदा ते चलो चंगी गल है जिहड़े पढ़ने वाले आउण तां भी ठीक है ना पढ़ने वाले चंगी गल है पंजाबी की गल हो रही है होर ना होर तो कुछ लोग सैर करे आउंदे ने बहाने सर भी चल कनेडा अमरीका च हो रही है करे आवांगे जदों कोई इंस्टीट्यूशन करती है यूनिवर्सिटी करती है कोई कॉलेज करता है
ਤੇ ਕੋਈ ਵੱਡੇ ਅਦਾਰੇ ਵੱਲੋਂ ਹੁੰਦਾ ਤਾਂ ਹੋਰ ਵੀ ਚੰਗੀ ਗੱਲ ਹੁੰਦੀ ਹੈ। ਕੱਲ੍ਹ ਇਹ ਹੋਈ ਕਾਨਫਰੰਸ ਜਿਹਦੇ ਵਿੱਚ ਮੀਡੀਆ 'ਤੇ ਗੱਲਬਾਤ ਹੋਈ। ਮੀਡੀਆ ਦੇ ਵਿੱਚ ਅਮਰ ਸਿੰਘ ਭੁੱਲਰ ਹੈ, ਹਮਦਰਦ ਅਖਬਾਰ ਅਤੇ ਹਮਦਰਦ ਟੀ ਵੀ ਚਲਾਉਂਦੇ ਨੇ ਟੋਰਾਂਟੋ ਤੋਂ, ਔਰ ਦੂਜੇ ਪਾਸੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਤਾਂ ਜਗਜੀਤ ਸਿੰਘ ਦਰਦੀ, ਤੁਹਾਨੂੰ ਪਤਾ ਹੈ ਚੜ੍ਹਦੀ ਕਲਾ ਦਾ, ਚੜ੍ਹਦੀ ਕਲਾ ਰੋਜ਼ਾਨਾ ਅਖਬਾਰ ਹੈ, ਚੜ੍ਹਦੀ ਕਲਾ ਟਾਈਮ ਟੀ ਵੀ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ, ਹੁਣ ਤਾਂ ਦੋ ਦੂਜਾ ਚੈਨਲ ਨੌਰਥ ਅਮੈਰੀਕਾ ਲਈ ਵੀ ਚੱਲਦਾ, ਤੋ ਗੁਰਬਾਣੀ ਲਈ ਵੀ ਅਲੱਗ ਚੱਲਦਾ, ਤੋ ਇਹਦੇ ਲਈ ਪੰਜਾਬੀ ਦੀ ਸੇਵਾ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਹੋਰ ਸ਼ਖਸੀਅਤਾਂ ਵੀ ਪਾਣੀਆਂ ਦੇ ਲਈ ਸੀਚੇਵਾਲ, ਬਲਵੀਰ ਸਿੰਘ ਸੀਚੇਵਾਲ ਔਰ ਬੀਬੀ ਇੰਦਰਜੀਤ ਕੌਰ ਨੂੰ ਤੋ ਇਹਨਾਂ ਕੀਤਾ ਗਿਆ, ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੁੰਦੜ ਅਤੇ ਸੁਰਜੀਤ ਸਿੰਘ ਰੱਖੜਾ ਉੱਥੇ ਸੀ। ਚੰਗੀ ਗੱਲ ਹੋਈ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਜਦੋਂ ਅਸੀਂ ਕਾਨਫਰੰਸ ਕਰਦੇ ਹਾਂ ਤਾਂ ਇਹਦੇ ਨਾਲ ਕਈ ਗੱਲਾਂ ਜਿਹੜੀਆਂ ਹਾਈਲਾਈਟ ਹੁੰਦੀਆਂ ਨੇ, ਅਤੇ ਇਹ ਜਦੋਂ ਇਹ ਬਹਾਨੇ ਹੁੰਦੇ ਨੇ। ਅਤੇ ਇਸ ਵੈਸੇ ਮੈਂ ਕਾਨਫਰੰਸਾਂ ਜਿਹੜੀਆਂ ਯੂਨੀਵਰਸਿਟੀ ਅਤੇ ਕਾਲਜਾਂ 'ਚ ਹੋ ਰਹੀਆਂ ਨੇ ਜਿਹਦੇ 'ਚ ਟੀਚਰਸ ਆਉਂਦੇ ਨੇ, ਉਹਨਾਂ ਦਾ ਸਟੈਂਡਰਡ ਬਹੁਤ ਡਾਊਨ ਹੋ ਗਿਆ, ਕਿਉਂਕਿ ਉਹ ਦਿਲਚਸਪੀ ਜਾਂ ਸ਼ੌਕ ਨਾਲ ਨਹੀਂ, ਉਹ ਮਜਬੂਰੀ ਨਾਲ ਆਉਂਦੇ ਨੇ ਲੋਕ ਉੱਥੇ, ਕਿਉਂਕਿ ਉਹਨਾਂ ਨੂੰ ਸਕੋਰ ਹੁੰਦਾ, ਪੇਪਰ ਇੱਧਰ ਉੱਧਰੋਂ ਕਰਕੇ ਉਹਨਾਂ ਨੇ ਪੇਪਰ ਪੜ੍ਹਨਾ ਹੁੰਦਾ ਤਾਂ ਕਿ ਉਹਨਾਂ ਨੂੰ ਪ੍ਰਮੋਸ਼ਨ 'ਚ ਫਾਇਦਾ ਹੋਵੇ, ਉਹ ਪ੍ਰੋਫੈਸਰ ਬਣਨ ਦੀ ਰੇਸ ਦੇ ਵਿੱਚ ਚਲੇ ਜਾਣ ਜਾਂ ਨੌਕਰੀ ਲੈਣ ਦੇ ਚੱਕਰ 'ਚ ਆਉਂਦੇ ਨੇ। ਅਦਰਵਾਈਜ਼ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਨਫਰੰਸ ਆਉਂਦੀਆਂ ਨੇ ਉਹਨਾਂ ਦਾ ਇਹ ਫਾਇਦਾ ਹੁੰਦਾ ਕਿ ਆਮ ਲੋਕਾਂ ਨੂੰ ਇਹ 'ਚ ਜੋੜਨਾ ਚਾਹੀਦਾ। ਕੋਮਨ ਮੈਨ ਨਾਲ ਜਾਵੇ ਤਾਂ ਚੰਗੀ ਗੱਲ ਹੈ, ਵਾਰ ਵਾਰ ਉਹੀ ਬੰਦੇ ਜਾਂ ਤੂੰ ਮੇਰੇ ਖਾਸ ਕਰ, ਮੈਂ ਤੇਰੇ, ਯੂ ਸਕਰੈਚ ਮਾਈ ਬੈਕ, ਆਈ ਸਕਰੈਚ ਯੂਅਰ, ਇਹ ਬੰਦ ਹੋਣੀ ਚਾਹੀਦੀ ਹੈ। ਅਦਰਵਾਈਜ਼ ਕੱਲ੍ਹ ਇਹ ਹੋਈ, ਚੰਗੀ ਗੱਲ ਹੋਈ। ਅਤੇ ਵਾਲਾ ਸਾਹਿਬ, ਅਸੀਂ ਖਬਰਾਂ ਦਾ ਰੁੱਖ ਅੱਗੇ ਕਰੀਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਰੈਗੂਲਰ ਜਥੇਦਾਰ ਦੇ ਤੌਰ 'ਤੇ ਨਿਯੁਕਤ ਕੀਤਾ ਜਾ ਸਕਦਾ? ਅਸਲ ਜਿਹੜੀ ਗੱਲ ਆਪਾਂ ਕਰ ਰਹੇ ਸੀ ਨਾ, ਇਹ ਜਿਹੜੀ ਗਲੋਬਲ ਕਾਨਫਰੰਸ ਹੋਈ ਪੰਜਾਬੀ ਦੀ ਜੀ, ਇਹਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ ਆਏ ਸੀ, ਅਤੇ ਪੱਤਰਕਾਰਾਂ ਨੇ ਪੁੱਛਣਾ ਹੁੰਦਾ, ਪੁੱਛ ਲਿਆ ਵੀ ਦੱਸੋ ਜੀ ਕਿੰਨਾ ਚਿਰ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ। ਅਸਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਨੇ ਰੈਗੂਲਰ ਜੀ, ਅਤੇ ਇਹ ਤਾਂ ਉਹਨਾਂ ਨੂੰ ਚਾਰਜ ਮਿਲਿਆ ਹੋਇਆ, ਐਕਸਟਰਾ ਚਾਰਜ ਹੈ ਤਾਂ, ਅਤੇ ਉਹ ਕਹਿੰਦੇ ਵੀ ਇਹਨਾਂ ਨੂੰ ਕਦੋਂ ਰੈਗੂਲਰ ਲਾਉਣਾ, ਇਹਨਾਂ ਨੂੰ ਲਾਉਣਾ ਜਾਂ ਕਿਹਨੂੰ ਲਾਉਣਾ। ਅਤੇ ਉੱਥੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਅਗਲੀ ਜਿਹੜੀ ਐਗਜ਼ੀਕਿਊਟਿਵ ਦੀ ਮੀਟਿੰਗ ਹੋਏਗੀ, ਜਿਹੜੀ ਕਾਰਜਕਾਰਨੀ ਦੀ ਮੀਟਿੰਗ ਹੋਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੇ ਵਿੱਚ ਅਸੀਂ ਫੈਸਲਾ ਕਰਾਂਗੇ। ਉਂਝ ਸਾਨੂੰ ਲੱਗਦਾ ਕਿ ਇਹ ਜਿਹੜੇ ਨੇ ਇਹ ਕਾਬਲ ਨੇ ਜੀ, ਇਹ ਕੰਮ ਜਥੇਦਾਰ ਬਣਦੇ। ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੋਰ ਸੰਪਰਦਾਵਾਂ ਨਾਲ ਵੀ ਸਾਡੀ ਗੱਲ ਕਰਨੀ ਹੁੰਦੀ ਹੈ ਜਦੋਂ ਜਥੇਦਾਰ ਲਾਉਣਾ। ਇਹ ਤਾਂ ਗੱਲ ਠੀਕ ਹੈ, ਕਿਉਂਕਿ ਸਮੁੱਚੀ ਕੌਮ ਦਾ ਹੁੰਦਾ ਜਥੇਦਾਰ, ਉਹ ਐਸ ਜੀ ਪੀ ਸੀ ਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਹੁੰਦਾ। ਹਾਲਾਂਕਿ ਅਸੀਂ ਉਹਨੂੰ ਬਣਾ ਲਿਆ, ਅਸੀਂ ਪੋਲੀਟੀਕਲ ਪਾਰਟੀ ਵਾਲਿਆਂ ਨੇ ਉਸਨੂੰ ਇਸ ਤਰ੍ਹਾਂ ਬਣਾ ਲਿਆ ਜਿਵੇਂ ਬਾਕੀ ਸਰਵਿਸ ਕਰਦੇ ਨੇ, ਉਵੇਂ ਜਥੇਦਾਰਾਂ ਨੂੰ ਬਣਾ ਲਿਆ ਵੀ ਅਸੀਂ ਅਪੁਆਇੰਟ ਕਰਦੇ ਇਹਨਾਂ ਨੂੰ ਜਥੇਦਾਰਾਂ ਨੂੰ। ਹੋਰ ਕੋਈ ਤਰੀਕਾ ਵੀ ਜਾਂ ਤਾਂ ਸਾਨੂੰ ਕੋਈ ਤਰੀਕਾ ਲੱਭਣਾ ਚਾਹੀਦਾ ਕਿ ਜਥੇਦਾਰ ਨੂੰ ਕੌਣ ਅਪੁਆਇੰਟ ਕਰੇ ਜੀ। ਦੋ ਹੀ ਤਰੀਕੇ, ਪਹਿਲਾ ਤਰੀਕਾ ਸੀ ਸਰਬੱਤ ਖਾਲਸਾ, ਸਰਬੱਤ ਖਾਲਸਾ 'ਚ ਲੋਕ ਇਕੱਠੇ ਹੁੰਦੇ ਸੀ, ਉਦੋਂ ਜਥੇਦਾਰ ਮੰਨ ਲੈਂਦੇ ਸੀ, ਅਤੇ ਜਥੇਦਾਰ ਜਿਹਨੂੰ ਮੰਨ ਲਿਆ ਤਾਂ ਫਿਰ ਉਹਦੀ ਗੱਲ ਚੱਲਦੀ ਸੀ। ਅਤੇ ਇੱਥੇ ਕੀ ਹੈ ਕਿ ਜਥੇਦਾਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਇਸ ਕਰਕੇ ਕਿ ਲੋਕਾਂ ਨੇ ਚੁਣੀ ਹੁੰਦੀ ਹੈ, ਅਤੇ ਚੋਣ ਭਾਵੇਂ 10 ਸਾਲ ਪੁਰਾਣੀ ਹੋਈ ਹੋਵੇ, ਹੁਣ 9 ਸਾਲ ਹੋ ਗਏ, ਇਲੈਕਸ਼ਨ ਹੀ ਨਹੀਂ ਹੋਈ। ਅਤੇ ਦੂਜੇ ਪਾਸੇ ਸਰਬੱਤ ਖਾਲਸਾ ਕਰਕੇ ਲੋਕਾਂ ਨੇ ਆਪਦੇ ਜਥੇਦਾਰ ਬਣਾਏ ਹੋਏ ਨੇ ਹੋਰ ਵੀ, ਤੋ ਉਹ ਸਾਡੀ ਕੌਮ 'ਚ ਉਸ ਤਰ੍ਹਾਂ ਦੀ ਗੱਲ ਹਲੇ ਨਹੀਂ। ਪਰ ਜਿਹੜੀ ਚੁਣੀ ਹੋਈ ਕਮੇਟੀ ਹੈ, ਜੇ ਉਹ ਸਹੀ ਤਰੀਕੇ ਨਾਲ ਚੋਣ ਕਰੇ ਤਾਂ ਵਧੀਆ ਬੰਦੇ ਨੂੰ ਜਥੇਦਾਰ ਬਣਾਵੇ ਤਾਂ ਉਹਦੀ ਵੀ ਗੱਲ ਜਿਹੜੀ ਹੈ ਚੱਲ ਸਕਦੀ ਹੈ। ਸੋ ਗਿਆਨੀ ਹਰਪ੍ਰੀਤ ਸਿੰਘ ਦੀ ਆਸ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਰੈਗੂਲਰ ਜਥੇਦਾਰ ਦੇ ਤੌਰ 'ਤੇ ਫਿਰ ਹੁਣ ਤਾਂ ਕਹਿਣਾ ਪਏਗਾ ਅਪੁਆਇੰਟ ਕਰਨਗੇ। ਇਹ ਤਾਂ ਇੱਕ ਕਿਸਮ ਦੀ ਪ੍ਰੋਵੇਸ਼ਨ ਸੀ, ਜਿਵੇਂ ਇੱਕ ਟੀਚਰ ਨੂੰ ਕਿਹਾ ਜਾਂਦਾ ਕਿ ਤੂੰ 2 ਸਾਲ ਦੀ ਪ੍ਰੋਵੇਸ਼ਨ 'ਤੇ ਆ ਅਤੇ ਉਦੋਂ ਬਾਅਦ ਤੈਨੂੰ ਰੈਗੂਲਰ ਕਰਾਂਗੇ। ਇਹ ਤਾਂ ਪ੍ਰੋਵੇਸ਼ਨ ਸੀ, ਉਹਨੂੰ ਰੈਗੂਲਰ ਕਰਤਾ, ਜ਼ਰੂਰੀ ਨਹੀਂ ਰੈਗੂਲਰ ਕਰੋ। ਪ੍ਰੋਫੈਸਰ ਮਨਜੀਤ ਸਿੰਘ ਨੂੰ ਰੈਗੂਲਰ ਕੀਤਾ ਹੀ ਨਹੀਂ ਸੀ, ਉਹ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਅਨੰਦਪੁਰ ਸਾਹਿਬ ਦੇ, ਔਰ ਕਾਰਜਕਾਰੀ ਜਥੇਦਾਰ ਅਕਾਲ ਤਖਤ ਦੇ ਸੀ। ਲੇਕਿਨ ਇਹੋ ਜਿਹੀਆਂ ਕਈ ਘਟਨਾਵਾਂ ਹੋਈਆਂ, ਲੱਗਿਆ ਬਾਦਲ ਸਾਹਿਬ ਨੂੰ ਵੀ ਇਹ ਕੰਮ ਦੀ ਚੀਜ਼ ਨਹੀਂ, ਸਾਡੀ ਗੱਲ ਨਹੀਂ ਬਣਦਾ, ਅਤੇ ਉਹਨਾਂ ਨੇ ਉਹਨੂੰ ਤੋੜਤਾ ਸੀ।
ਤੋ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਇਹੀ ਇੱਕ ਪ੍ਰੋਬਲਮ ਹੈ ਜਿਹੜੀ ਇਹ ਸਾਡੀ ਇਹ ਪੋਸਟ ਜਿਹੜੀ ਹੈ ਅਤੇ ਜਦੋਂ ਸਿਆਸੀ ਧਿਰ ਨੂੰ ਜਿਹੜੀ ਹਾਕਮ ਧਿਰ ਹੈ ਸ਼੍ਰੋਮਣੀ ਕਮੇਟੀ ਦੀ ਹਾਕਮ ਕਾਬਜ਼ ਧਿਰ ਜਿਹਨੂੰ ਜਿਹੜਾ ਉਹ ਬੰਦਾ ਨਹੀਂ ਠੀਕ ਲੱਗਦਾ ਉਹਨੂੰ ਤੋੜ ਦਿੰਦੇ ਨੇ ਔਰ ਇਹ ਤਾਂ ਇਹ ਕਿਹਾ ਜਾਂਦਾ ਕਈ ਵਾਰੀ ਤਾਂ ਊਂ ਤਾਂ ਉਹਨੂੰ ਬਹੁਤ ਫੈਸਿਲਿਟੀਜ਼ ਹੁੰਦੀਆਂ ਨੇ ਸਕਾਟ ਮਿਲਦੀ ਹੈ ਕਾਰਾਂ ਮਿਲਦੀਆਂ ਨੇ ਕੋਠੀ ਮਿਲਦੀ ਹੈ ਤਾਂ ਜਾਂਦਾ ਬੰਦਾ ਕਈ ਵਾਰੀ ਰਕਸ਼ੇ 'ਚ ਜਾਣਾ ਪੈਂਦਾ ਇਹ ਵੀ ਇਹੋ ਜਿਹਾ ਹਾਲ ਹੈ ਅਤੇ ਦੇਖੋ ਸਾਡੇ ਜਥੇਦਾਰ ਕਿਵੇਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੇ ਕਿੰਨੇ ਬੰਦਿਆਂ ਨੂੰ ਬੁਲਾ ਕੇ ਅਕਾਲ ਤਖ਼ਤ 'ਤੇ ਬੁਲਾਇਆ ਸੀ ਭਾਈ ਰਣਜੀਤ ਸਿੰਘ ਲੱਗੇ ਹੋਏ ਆ ਜਿਹੜਾ ਹੁਣ ਸ਼੍ਰੋਮਣੀ ਕਮੇਟੀ ਦੀ ਸਫਾਈ ਕਰਨ ਲਈ ਢੀਂਡਸਾ ਨਾਲ ਹੈ ਬਹੁਤ ਸਾਰੇ ਵੱਡੇ ਨਾਂ ਨੇ ਈਵਨ ਪ੍ਰੋਫੈਸਰ ਮਨਜੀਤ ਸਿੰਘ ਤੋਂ ਇਹ ਸਾਰੇ ਜਥੇਦਾਰ ਚਾਹੀਦਾ ਇਹ ਹੈ ਕਿ ਵੱਡੇ ਨਾਂ ਨੂੰ ਲੱਭੀਏ ਅਤੇ ਪਹਿਲੀ ਵਾਰ ਲੱਗਿਆ ਕਿ ਪੜ੍ਹਿਆ ਲਿਖਿਆ ਬੰਦਾ ਅੱਗੇ ਲਿਆਉਂਦਾ ਅਤੇ ਜੇ ਪੜ੍ਹੇ ਲਿਖੇ ਬੰਦਾ ਨਿਰਪੱਖ ਹੋ ਕੇ ਕੌਮ ਦੀ ਅਗਵਾਈ ਕਰੇ ਤਾਂ ਚੰਗੀ ਗੱਲ ਹੋਏਗੀ ਜੀ ਬਸ ਹੁਣ ਆਪਾਂ ਇਸ ਦਰਮਿਆਨ ਕੁਝ ਮਾੜੀ ਖਬਰਾਂ ਲਈਏ ਤਾਂ ਇੱਕ ਖਬਰ ਹੈ ਕਿ ਕੱਲ੍ਹ ਰਾਤ ਦੀ ਕਿ ਜਮੁਨਾ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ ਸੋਨਪੁਰ ਨੇੜੇ 7 ਦੀ ਮੌਤ 6 ਨੂੰ ਬਚਾ ਲਿਆ ਗਿਆ ਅਤੇ ਉੱਧਰ ਲੁਧਿਆਣਾ ਵਿੱਚ ਕਾਰ ਐਕਸੀਡੈਂਟ ਵਿੱਚ ਜੀਜਾ ਸਾਲੇ ਦੀ ਮੌਤ ਹੋ ਗਈ ਦੇਖੋ ਹੁਣ ਅਸੀਂ ਸਾਡਾ ਹਾਲ ਇਹ ਹੈ ਜੀ ਚਾਹੇ ਪਾਣੀ ਹੈ ਚਾਹੇ ਹਵਾ ਅਤੇ ਚਾਹੇ ਸੜਕ ਹੈ ਤਿੰਨੇ ਥਾਵਾਂ 'ਤੇ ਸਾਡੇ ਕੋਲ ਐਕਸੀਡੈਂਟ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਜੀ ਅਤੇ ਹੁਣ ਖਾਸ ਤੌਰ 'ਤੇ ਪਾਣੀ ਦੀ ਖਬਰ ਸਾਡੇ ਜਿਹੜਾ ਪਾਣੀ ਵਾਲਾ ਰਸਤੇ ਘੱਟ ਅਸੀਂ ਯੂਜ਼ ਕਰਦੇ ਹਾਂ ਇਹ ਯੂਪੀ ਅਤੇ ਹਰਿਆਣਾ ਦੇ ਬਾਰਡਰ ਦੀ ਗੱਲ ਹੈ ਯੂਪੀ 'ਚੋਂ ਕਾਫੀ ਜਿਹੜੀ ਲੇਬਰ ਹੈ ਉਹ ਕਿਸ਼ਤੀ 'ਚ ਸਵਾਰ ਹੋ ਕੇ ਡੇਲੀ ਆਉਂਦੀ ਹੈ ਸ਼ਾਮ ਨੂੰ ਵਾਪਸ ਜਾਂਦੀ ਹੈ ਔਰਤਾਂ ਵੱਡੀ ਗਿਣਤੀ 'ਚ ਹੁੰਦੀਆਂ ਨੇ ਔਰਤਾਂ ਬੱਚੇ ਅਤੇ ਇਹ 13 ਬੰਦੇ ਕਿਸ਼ਤੀ 'ਚ ਜਾ ਰਹੇ ਸੀ ਕੰਮ ਕਰਕੇ ਵਾਪਸ ਜਾ ਰਹੇ ਸੀ ਸੋਨੀਪਤ ਦੇ ਨੇੜੇ ਕਿਸ਼ਤੀ ਜਿਹੜੀ ਪਲਟੀ ਰਾਤ ਦਾ ਟਾਈਮ ਸੀ 6 ਨੂੰ ਤਾਂ ਬਚਾ ਲਿਆ ਗਿਆ ਹਾਲੇ ਉਹ ਵੀ ਬੇਹੋਸ਼ ਪਏ ਨੇ ਬਚਾ ਲਏ ਪਰ ਜੀ ਬਾਕੀਆਂ ਦੀਆਂ ਲਾਸ਼ਾਂ ਲੱਭਣੀਆਂ ਤਾਂ ਬੜੀ ਮੁਸ਼ਕਲ ਨੇ ਜਾਂ ਬਚੇ ਨੇ ਕਿ ਨਹੀਂ ਬਚੇ ਅਤੇ ਉਹ ਤਾਂ ਹੁਣ ਅੱਜ ਜਦੋਂ ਹੁਣ ਪਤਾ ਲੱਗੂਗਾ ਜਦੋਂ ਕੰਮ ਚੱਲ ਰਿਹਾ ਉੱਥੇ ਤਾਂ ਦੁੱਖ ਦੀ ਗੱਲ ਹੈ ਮਜ਼ਦੂਰ ਤੁਰ ਗਏ ਇੱਥੇ ਰੋਜ਼ੀ ਦੀ ਭਾਲ 'ਚ ਆਉਂਦੇ ਸੀ ਰਹੀ ਗੱਲ ਦੂਜੀ ਖਬਰ ਉਹ ਵੀ ਜਿਹੜੀ ਸਵੇਰੇ ਵਿਆਹ ਹੋਇਆ ਵਿਆਹ ਤੋਂ ਬਾਅਦ ਪਾਰਟੀ ਕਰਨ ਚੱਲੇ ਨੇ ਪਾਰਟੀ 'ਚ ਜਿਹੜਾ ਮੁੰਡੇ ਦਾ ਵਿਆਹ ਹੋਇਆ ਉਹ ਹੈ ਉਹਦਾ ਸਾਲਾ ਹੈ ਉਹਦੇ ਹੋਰ ਰਿਸ਼ਤੇਦਾਰ ਨੇ ਤਾਂ ਪੱਕੀ ਗੱਲ ਹੈ ਸਾਡੀ ਪਾਰਟੀ ਦਾ ਮਤਲਬ ਦਾਰੂ ਹੁੰਦਾ ਅਤੇ ਦਾਰੂ ਪੀ ਕੇ ਮਤਲਬ ਗੱਡੀ ਚਲਾਈ ਹੋਊਗੀ ਮੈਂ ਇਹ ਨਹੀਂ ਕਹਿੰਦਾ ਇਹ ਮੈਂ ਪਤਾ ਨਹੀਂ ਪਰ ਲੱਗ ਇਹ ਰਿਹਾ ਕਿ ਜਦੋਂ ਜਾ ਰਹੇ ਸੀ ਵਾਪਸ ਅਤੇ ਜੇ ਨਾ ਵੀ ਹੋਵੇ ਸੜਕ ਹਾਦਸਾ ਜਿਹਦਾ ਮਰਜ਼ੀ ਹੋਵੇ ਲੇਕਿਨ ਐਡੂ ਵੱਡੀ ਦੁੱਖ ਕੀ ਹੋ ਸਕਦਾ ਸਵੇਰੇ ਵਿਆਹ ਹੋਵੇ ਸ਼ਾਮ ਨੂੰ ਬੰਦਾ ਐਕਸੀਡੈਂਟ 'ਚ ਮਰ ਜਾਵੇ ਖੜ੍ਹੀ ਗੱਡੀ ਦੇ ਵਿੱਚ ਮਾਰਿਆ ਅਤੇ ਲੁਧਿਆਣੇ ਦੀ ਖਬਰ ਹੈ ਸੋ ਹਰ ਰੋਜ਼ ਅਸੀਂ ਖਬਰਾਂ ਲੈ ਕੇ ਚਲੇ ਜਾਂਦੇ ਹਾਂ ਕਿੰਨਾ ਕੁ ਅਸਰ ਹੁੰਦਾ ਲੋਕਾਂ 'ਤੇ ਇਹ ਦੇਖਣ ਵਾਲੀ ਗੱਲ ਹੈ ਜੀ ਬਹੁਤ ਦੁੱਖ ਦੀ ਗੱਲ ਹੈ ਵੀ ਇਸ ਤਰ੍ਹਾਂ ਦੀਆਂ ਖਬਰਾਂ ਹਰ ਰੋਜ਼ ਮਨਭਾਗੀ ਖਬਰਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋ ਵਾਇਸ ਖਬਰਾਂ ਜੇ ਉਰਸਨ ਪਰ ਇੱਥੇ ਵੇਲਾ ਚੱਲੇ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਲੈਂਦਾ ਤੁਸੀਂ ਆਪਣੇ ਕੀਮਤੀ ਸਮਾਂ ਕੱਢਿਓ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਖਬਰ 'ਤੇ ਨਜ਼ਰ ਵੀ ਡਾਕਟਰ ਹਜਿੰਦਰ ਵਾਲਿਆ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਧੰਨਵਾਦ